ਦੇਖੋ ਕਹਿੰਦੇ ਘੋੜੇ ਵਾਲੇ ਫਾਰਮ 'ਤੇ ਖੜਾ ਘੋੜਾ, ਰਾਤ ਆਪਾਂ ਕਰੋ ਚੈੱਕ ਮੇਰੇ ਵੀਰੋ, ਕਹਿੰਦੇ ਦੇਖੋ ਦੋਨੇ ਝੋਟੇ ਹੁਣ ਤਾਂ ਖੜੇ ਆ ਬਰਾਬਰ, ਘੈਂਟ ਲੱਗਦਾ। ਲਓ ਜੀ ਮੇਰੇ ਵੀਰੋ, ਬਸ ਆਪਾਂ ਪਹੁੰਚ ਗਏ, 2-3 ਕਿਲੋਮੀਟਰ ਰਹਿ ਗਏ ਇੱਥੋਂ, ਆਪਾਂ ਇੱਥੋਂ ਲਓ ਜੀ ਮੇਰੇ ਵੀਰੋ, ਦੁਕਾਨ 'ਤੇ ਪਹੁੰਚ ਗਏ ਸੀ ਆਪਾਂ। ਟਾਇਰ ਹੀ ਟਾਇਰ ਦੇਖੋ, ਟਰੈਕਟਰ ਬਾਹਰ ਖੜਾ, ਉਹ ਵੀ ਦਿਖਾਉਣੇ ਆ ਆਹ ਵਾਲਾ ਟਾਇਰ, ਕਹਿੰਦੇ ਕਿੱਥਾ ਸਲੈ। ਲਓ ਜੀ ਕਹਿੰਦੇ BKT ਲੱਗ ਗਿਆ ਚੜ੍ਹਨਾ, ਦੇਖੋ ਲਓ ਜੀ ਫਰਕ ਕਰੋ ਚੈੱਕ, ਮੈਂ ਕਰ ਲਓ ਜੀ ਕੰਮ ਕੋਈ ਨਹੀਂ ਇਹ ਆਹ ਟਾਇਰ ਚੱਖੋ ਜੀ ਹੁਣ ਫਰਕ ਚੈੱਕ ਕਰੋ ਮੇਰੇ ਵੀਰੋ, ਆਹ ਹੈਗਾ 500, ਆਹ ਹੈਗਾ 1200। ਸਵਾਗਤ ਆ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੋਗ ਦੇ ਵਿੱਚ। ਜਿਵੇਂ ਕਿ ਤੁਸੀਂ ਪਿਛਲੇ ਵਲੋਗ 'ਚ ਦੇਖਿਆ ਸੀ ਆਪਾਂ ਝੋਟਾ ਲਿਆਂਦਾ ਇੱਕ, ਅਤੇ ਚੱਲ ਕੇ ਦਿਖਾਉਂਦੇ ਹਾਂ। ਦੇਖੋ ਕਹਿੰਦੇ ਘੋੜੇ ਵਾਲੇ ਫਾਰਮ 'ਚ ਖੜਾ ਘੋੜਾ, ਰਾਤ ਆਪਾਂ ਲਿਆਏ ਸੀ ਇਹਨੂੰ, ਅਤੇ ਲਿਆ ਕੇ ਉਹਦੀ ਫਿਰ ਖੜਾਤਾ ਸੀਗਾ ਡਿਊਸ ਫਾਰ, ਅਤੇ ਰਾਹ 'ਚ ਆਉਂਦਿਆਂ ਨੇ ਅਸੀਂ ਇਹਦਾ ਨਾਂ ਵੀ ਰੱਖਤਾ ਸੀ, ਕਮੈਂਟਾਂ ਵਿੱਚ ਦੱਸਿਓ ਸਹੀ ਆ ਨਾਂ, ਪਤਾ ਇਹਦਾ ਕੀ ਰੱਖਤਾ, ਇਹਦਾ ਨਾਂ ਰੱਖਤਾ ਜਰਮਨ ਘੋੜਾ, ਜਰਮਨ ਮੇਡ ਆ ਇਹ ਘੋੜੇ ਤਾਂ ਹੈਗੇ ਹੀ ਨੇ, ਉਹ ਹਰਾ ਘੋੜਾ ਖੜਾ ਉੱਧਰ, ਇਹ ਹੋ ਗਿਆ ਜਰਮਨ ਘੋੜਾ। ਅਤੇ ਬਾਕੀ ਇੱਧਰ ਜਬਰ ਜੰਗ ਘੋੜੇ ਉਹਨਾਂ ਨੂੰ ਵੀ ਮਿਲਾ ਦਈਏ, ਆ ਵੀ ਜਬਰੇ ਮੂਹਰੇ ਖੜਾ ਸਕਿਉਰਟੀ ਗਾਰਡ, ਉਹ ਜਬਰੇ ਦੇਖੋ ਲੈ ਝਾਕਦਾ ਵੀ ਨਹੀਂ, ਇੰਨੀ ਆਕੜ ਆ ਗਈ ਤੇਰੇ 'ਚ, ਲੱਗਦਾ ਗੇੜਾ ਦੇਣਾ ਪੈਣਾ ਦੁਬਾਰੇ। ਓ ਹੈਲੋ, ਸੁਸਤ ਹੋਇਆ ਹੋਇਆ ਖੜਾ, ਅਪਸਰਾ ਖੜੀ ਇੱਧਰ ਮੇਰੇ ਵੀਰੇ, ਇਹ ਨਹੀਂ ਕਦੇ ਸੁਸਤ ਹੁੰਦੀ, ਇਹ ਤਾਂ ਪੱਕੀ ਕੈੜੀ ਰਹਿੰਦੀ ਆ। ਇੱਧਰ ਖੜੀ ਆਪਣੀ ਜੁਗਨੀ ਅਤੇ ਸਿਲਕ, ਇਹ ਵੀ ਹੁਣ ਤਾਂ ਉਹ ਚੱਲੀ ਸਿਆਣੀ, ਦੇਖੋ ਹੁਣ ਤਾਂ ਆਪ ਆਉਂਦੀ ਆ ਨੇੜੇ, ਅੱਗੇ ਭਾਦੀ ਸੀਗੀ ਇਹ। ਆਹ ਖੜੀ ਆ ਤਰੰਗ, ਇਹ ਦੇਖੋ ਕੰਨ ਦੇਖੋ ਕਿੱਥੇ ਲੈ ਜਾਂਦੀ ਆ ਜਦੋਂ ਕੋਈ ਨੇੜੇ ਆਉਂਦਾ, ਬਾਹਲੀ ਦੀ ਬਾਹਲੀ ਗਰਮ ਸੁਭਾਅ ਜੀ ਆ ਇਹਦਾ। ਲਾਚੀ ਲਾਚੀ ਹੁਣੀ ਦਾਣਾ ਖਾਈ ਜਾਂਦੀਆਂ। ਇੱਧਰ ਖੜੀ ਆ ਉਮੰਗ, ਉਮੰਗ ਵਿਊ ਦੇਖ ਰਹੀ ਆਊਟਸਾਈਡ, ਆ ਜਾ ਆ ਜਾ ਉਰੇ, ਸ਼ਿਮਲੇ ਨਹੀਂ ਆਈ ਹੋਈ ਤੂੰ, ਬਾਹਰ ਦੇਖਣ ਲੱਗੀ ਹੋਈ ਆ। ਬਾਕੀ ਜਮਾਂ ਹੀ ਓਕੇ ਆ, ਰੰਗ ਚੈੱਕ ਕਰੋ ਬਾਕੀ ਮੇਰੇ ਵੀਰੋ, ਰੰਗ ਇਹਦਾ ਕੰਪਲੀਟ ਹੋ ਚੁੱਕਿਆ, ਅਤੇ ਕਮੈਂਟਾਂ ਵਿੱਚ ਦੱਸੋ ਕਿਵੇਂ ਦਾ ਲੱਗ ਰਿਹਾ। ਅਤੇ ਪੱਖੇ ਪੱਖੇ ਲਾਉਣੇ ਰਹਿੰਦੇ ਆ ਅੰਦਰ, ਪੱਖੇ ਲਾਉਣੇ ਉੱਪਰ, ਅਤੇ ਉਹ ਪਹਿਲੇ ਕਮਰੇ 'ਚ ਲਾਇਆ ਸੀ ਉਹ ਪੱਖਾ, ਇਹ ਸੀਗਾ ਥੋੜ੍ਹਾ ਛੋਟਾ, ਇਹ ਹਵਾ ਨਹੀਂ ਦਿੰਦਾ ਸੀ ਪੂਰੀ, ਇਹਦੇ ਨਾਲ ਦੇ ਪੀਸ ਲਿਆਉਂਦੇ ਸੀਗੇ, ਹੁਣ ਉਹ ਬਾਕੀ ਮੋੜ ਆਉਂਦੇ, ਅਤੇ ਵੱਡੇ ਪੱਖੇ ਲਿਆਵਾਂਗੇ, ਵੱਡੇ ਲਾਵਾਂਗੇ ਜਿਹੜੇ ਸਾਰੇ ਕਮਰੇ 'ਚ ਹਵਾ ਜਾਵੇ, ਇਹ ਘੁੰਮਦਾ ਤਾਂ ਬਹੁਤ ਤੇਜ਼ ਆ, ਖੜ੍ਹ ਜਾ ਚਲਾ ਕੇ ਦਿਖਾਉਂਦੇ ਹਾਂ, ਪਰ ਹਵਾ 19-19 ਥਾਂ 'ਤੇ ਹੀ ਦਿੰਦਾ ਵਿਚਾਲੇ ਵਿਚਾਲੇ ਦੇ। ਹਾਂ ਆਹ ਸੋਚੋ ਲੱਗ ਗਿਆ ਘੁੰਮਣ, ਕਹਿੰਦੇ ਘੁੰਮਦਾ ਤਾਂ ਬਹੁਤ ਸਪੀਡ ਨਾਲ ਆ, ਨਵਾਂ ਪੱਖਾ ਕਰਕੇ ਨਵਾਂ ਮਾਡਲ ਆ ਨਾ, ਔਰ ਹਵਾ 19-19 ਵਿਚਾਲੇ ਵਿਚਾਲੇ ਏਰੀਏ 'ਚ ਦਿੰਦਾ, ਅਤੇ ਵੱਡੇ ਪੱਖੇ ਹੋਣਗੇ ਸਾਰੇ ਕਮਰੇ 'ਚ ਹਵਾ ਫੈਲਾਉਣਗੇ, ਫਿਰ ਬਾਕੀ ਐਨ ਓਕੇ ਆ ਰਿਪੋਰਟਾਂ। ਅੱਜ ਇਹਦੇ ਵੱਡੇ ਭਾਈ ਨਾਲ ਵੀ ਇਹਦਾ ਮੇਲ ਕਰਾ ਦਈਏ, ਦੋਨਾਂ ਨੂੰ ਮਿਲਾ ਦਈਏ। ਲਓ ਜੀ ਮੇਰੇ ਵੀਰੋ, ਆਪਾਂ ਕੱਢ ਲਿਆ ਸੀ ਇਹ, ਅਤੇ ਡੱਬਾ ਲਿਆ ਜੀ, ਹੁਣ ਚੱਲਿਆ ਮੱਥਾ ਟੇਕਣ, ਸਭ ਤੋਂ ਜ਼ਰੂਰੀ ਕੰਮ ਆ ਜਿਹੜਾ, ਕਿਉਂਕਿ ਬਾਬੇ ਦੀ ਹਜ਼ੂਰੀ ਤੋਂ ਪਹਿਲਾਂ ਕੋਈ ਕੰਮ ਨਹੀਂ ਹੋਇਆ ਉਦੋਂ ਮੂਹਰੇ, ਅਤੇ ਚਲੋ ਫਿਰ ਟਾਹਲੀ ਸਾਹਿਬ ਜਾ ਕੇ ਮੱਥਾ ਟੇਕ ਕੇ ਆਉਣਾ, ਅਤੇ ਫਿਰ ਉੱਥੇ ਗੁਰਦੁਆਰੇ ਮੱਥਾ ਟੇਕ ਕੇ ਉੱਥੇ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ, ਨਾਲ ਜੱਸੂ ਨੂੰ ਲੈ ਜਾਂਦੇ ਹਾਂ, ਚੱਲ ਕੇ ਮੱਥਾ ਟੇਕ ਕੇ ਆਉਂਦੇ ਹਾਂ। ਉਹ ਜੀ ਮੱਥਾ ਟੇਕ ਲਿਆ ਸੀ ਟਰੈਕਟਰ ਦਾ, ਬਾਕੀ ਹੁਣ
ਪ੍ਰਸ਼ਾਦ ਲੈ ਕੇ ਚੱਲੇ ਹਾਂ ਘਰ ਵੱਲ ਨੂੰ ਜਾ ਕੇ ਉੱਥੇ ਬੰਦਿਆਂ ਨੂੰ। ਕਿਵੇਂ ਆ ਬਾਈ, ਆਉਂਦਾ ਨਜ਼ਾਰਾ? ਪੂਰਾ ਨਜ਼ਾਰਾ ਆਉਂਦਾ ਕਹਿੰਦੇ। ਬਾਕੀ ਹੁਣ ਇਹਦਾ ਇੱਕ ਕੰਮ ਹੋਰ ਕਰਾਉਣਾ ਇਹਨਾਂ ਦਾ, ਇਹ ਵੀ ਦੇਖਦੇ ਹਾਂ ਜੀ ਅੱਜ ਆਉਂਦਾ ਹੋਇਆ ਅੱਜ ਹੀ ਕਰਾ ਲਿਆ ਹੁਣ ਜਾ ਕੇ। ਲਓ ਜੀ ਆਹ ਵੀ ਕਰ ਲਿਆ ਸ਼ਾਰਟ, ਇਹਦਾ ਜਿਹੜਾ ਹੈਗਾ ਇਹਦਾ ਫਿਰ ਝੋਟਾ ਹੀ ਆ ਜਿਵੇਂ ਕਿ ਤੁਹਾਨੂੰ ਪਤਾ, ਉਹ ਖੜਾ ਕਹਿੰਦੇ ਦੂਜਾ ਛੋਟਾ ਭਾਈ ਇਹਦਾ ਬਰਾਬਰ ਲਾਉਂਦੇ ਹਾਂ, ਇਹਨਾਂ ਨੂੰ ਫੋਟੋਆਂ ਫੋਟੋਆਂ ਖਿੱਚਦੇ ਹਾਂ ਘੈਂਟ ਘੈਂਟ। ਇਹਦਾ ਫਿਰ ਉਹਦੇ ਬਰਾਬਰ ਦਾ ਹੀ ਨੋਹਰੀ ਆਵਾਜ਼, ਉਹਦਾ ਚੁੱਪ ਚਪੀਤਾ ਜਿਹਾ ਵਿਚਾਰਾ ਸਾਇਲੈਂਟ ਆ ਥੋੜ੍ਹਾ ਜਿਹਾ ਸੰਘ ਦਾ ਉਹ ਹੈ ਨਾ, ਇਹ ਗਾਹ ਪਾਉਣ ਵਾਲਾ ਇਹਦੀ ਸ਼ੋ ਸ਼ੂ ਜੀ ਸਾਫ਼ ਕਰੀਏ ਧੂੰਆਂ ਜਾ। ਬਾਕੀ ਰੰਗ ਦਾ ਫਰਕ ਦੇਖੋ, ਕੋਈ ਬਰਾਬਰ ਲੱਗਦਾ ਟਾਇਰ 'ਚ ਵਾਲਾ ਫਰਕ ਤਾਂ ਹੈ ਨਹੀਂ, ਉਹ 12 ਦੇ ਟਾਇਰ ਨੇ ਦੇਖ ਲਓ, 12 ਦੇ ਬਰਾਬਰ ਹੀ ਲੱਗਦੇ ਆ ਜਾ ਕੇ। ਹੁਣ ਬੰਦ ਕਰਦੇ ਇਹਨੂੰ, ਅੱਗੇ ਧੂੰਆਂ ਦੇਖੋ ਕਿਵੇਂ ਮਾਰਦਾ। ਕਰੋ ਚੈੱਕ ਮੇਰੇ ਵੀਰੋ, ਕਹਿੰਦੇ ਦੇਖੋ ਦੋਨੇ ਝੋਟੇ ਹੁਣ ਤਾਂ ਖੜੇ ਆ ਬਰਾਬਰ, ਘੈਂਟ ਲੱਗਦਾ ਇਹ, ਐਂ ਲੱਗਦਾ ਇਹਦਾ ਮੂੰਹ ਉੱਤੇ ਨੂੰ ਚੱਕਿਆ ਹੋਇਆ, ਇਹ ਨੀਵੀਂ ਪਾ ਕੇ ਤੁਰਦਾ ਥੋੜ੍ਹੀ। ਕਹਿੰਦੇ ਵਧੀਆ ਨੀਵੀਂ ਪਾ ਕੇ ਤੁਰਨਾ ਚਾਹੀਦਾ ਫਿਰ ਹੀ ਕੰਮ ਚੱਲਦੇ ਹੁੰਦੇ, ਇਹਦੀ ਧੌਣ 'ਚ ਕੀਲਾ ਪਤਾ ਨਹੀਂ ਕਿਹੜਾ ਹੀ ਅੜਿਆ ਹੋਇਆ, ਕਿਉਂ ਝੁੱਟਿਆ ਦੋਨੇ ਝੋਟੇ ਬਰਾਬਰ ਲਾ ਦੇ ਜਮਾਂ ਹੀ ਲੈ। ਲਓ ਜੀ ਕਹਿੰਦੇ ਛੋਟਾ ਭਾਈ ਉਰੇ ਲਾਤਾ ਬੜਾ ਉਹ ਖੜਾ, ਗ੍ਰੀਨ ਹੋਰਸ ਹਰਾ ਘੋੜਾ ਵੀ ਲਿਆਉਂਦੇ ਆ, ਜਰਮਨ ਘੋੜਾ ਆ ਖੜਾ, ਤਾਂ ਦੋਨੇ ਹੁਣ ਇਕੱਠੇ ਲਾ ਦੇਣੇ ਆ। ਮੈਂ ਕਿਹਾ ਮਿਲੋ ਗੱਲਬਾਤ ਕਰਨਗੇ ਦੋਨੇ ਇਕੱਠੇ, ਆੜੀ ਪਊ ਫਿਰ, ਚਲੋ ਫਿਰ ਇਹਨੂੰ ਵੀ ਨਾਲ ਹੀ ਲਾ ਦਈਏ ਅਤੇ ਫਿਰ ਮਿਲਦੇ ਹਾਂ ਤੁਹਾਨੂੰ। ਲਓ ਜੀ ਕਹਿੰਦੇ ਦੋਨੇ ਇਕੱਠੇ ਕਰਕੇ ਲਾ ਦੇ, ਹੁਣ ਮਾਰੋ ਗੱਲਾਂ ਬਾਤਾਂ ਆੜੀ ਉੜੀ ਪਾਓ ਫਿਰ ਮਿਲਦੇ ਹਾਂ, ਅੱਜ ਕਰਦੇ ਹਾਂ ਕੁਛ। ਕਹਿੰਦੇ ਵਾਹ ਕੇ ਆਉਣਾ ਉੱਥੇ ਮੂੰਗੀ ਬੀਜ ਕੇ ਆਉਣੀ ਆ ਗੁੱਜਰ ਵਾਲ, ਦੇਖਦੇ ਹਾਂ ਇਹਦੇ ਨਾਲ ਬੀਜਣੀਆਂ ਕਿ ਇਹਦੇ ਨਾਲ ਬੀਜਣੀਆਂ, ਜਿਹੜਾ ਲੋਟ ਆਇਆ ਆਪਾਂ ਲੈ ਜਾਵਾਂਗੇ ਅਤੇ ਨਾਲ ਦੀ ਨਾਲ ਤੁਹਾਨੂੰ ਵੀ ਦਿਖਾਵਾਂਗੇ। ਲਓ ਜੀ ਤੁਹਾਨੂੰ ਪਤਾ ਹੀ ਆਪਣੇ ਪਿੰਡਾਂ ਵਾਲਿਆਂ ਦਾ, ਫਿਰ ਕਹਿੰਦੇ ਮੂਰ ਦੇ ਬੀ ਕੇ ਟੀ ਆ ਮਗਰ ਲਿਆ ਆਪਾਂ ਦੂਜੇ ਕਾਹਤੋਂ ਰੱਖੀਏ, ਅਤੇ ਹੁਣ ਮੇਰੇ ਵੀਰੇ ਆਪਾਂ ਟਰੈਕਟਰ ਲੈ ਕੇ ਚੱਲੇ ਹਾਂ ਭਸ਼ੀੜ ਨੂੰ, ਭਸ਼ੀੜ ਆਪਾਂ ਤੋਂ ਮਤਲਬ 20-25 ਕਿਲੋਮੀਟਰ ਆ ਉਰੋਂ, ਅਤੇ ਉੱਥੇ ਟਾਇਰ ਚੇਂਜ ਕਰਾਉਣੇ ਆ ਇਹਦੇ, ਮਗਰ ਦੇ ਵੀ ਸੇਮ ਪਵਾਉਣੇ ਆ ਬੀ ਕੇ ਟੀ ਨਾਲ ਦੇ 16-28 ਦੇ, ਅਤੇ ਰੇਡੀਅਲ ਟਾਇਰ ਪਵਾਉਣੇ ਆ, ਫਿਰ ਚਾਰੇ ਸੇਮ ਹੋ ਜਾਣਗੇ ਨਾ ਗੱਲਬਾਤ ਪੂਰੀ, ਐਨ ਸਿਰਾ ਬਣ ਜੂ, ਅਤੇ ਬੰਦਾ ਕੋਈ ਹੈ ਨਹੀਂ ਆਪਣੇ ਨਾਲ, ਇਕੱਲੇ ਹੀ ਖਿੱਚਦਾ ਮੈਂ, ਉਹਨਾਂ ਦੇ ਟਾਈਮ 'ਤੇ ਫੋਨ ਆ ਗਿਆ ਕਹਿੰਦੇ ਅਸੀਂ ਉਰੇ ਦੁਕਾਨ 'ਤੇ ਬੈਠੇ ਹਾਂ, ਟਰੈਕਟਰ ਲੈ ਕੇ ਆ ਜਾ, ਅਤੇ ਮੈਂ ਫਿਰ ਮੈਂ ਕਿਹਾ ਡਰਾਈਵਰ ਹੁਣੀ ਬਰਨਾਲੇ ਨੂੰ ਗਏ ਹੋ ਜਾਂ ਨਹੀਂ ਉਹਨੂੰ ਲੈ ਜਾਣਾ ਸੀ ਆਪਾਂ, ਅਤੇ ਚਰਨ ਵੀ ਉਰੇ ਪਰੇ ਆ, ਸਾਰੇ ਬੰਦੇ ਆਪਣੇ ਉਰੇ ਪਰੇ ਸੀਗੇ, ਹੁਣ ਟਾਈਮ 'ਤੇ ਆਪਾਂ ਕਿਹਨੂੰ ਕਹਿ ਸਕਦੇ ਹਾਂ, ਤਾਂ ਹੀ ਆਪਾਂ ਇਕੱਲਿਆਂ ਨਹੀਂ ਖਿੱਚਦਾ। ਮੈਂ ਕਿਹਾ ਚੱਲ ਇਹਦੇ ਨਾਲ ਨਜ਼ਾਰਾ ਹੀ ਹੈ, ਤਾਂ ਗੱਡੀ ਹੋਇਆ ਉਹ 5 ਵਜੇ 'ਚ ਉੱਡਦਾ ਹੀ ਜਾਂਦਾ ਝੋਟਾ, ਅਤੇ ਚਲੋ ਫਿਰ ਉੱਥੇ ਨੇੜੇ ਪਹੁੰਚ ਕੇ ਮਿਲਦੇ ਹਾਂ। ਅਤੇ ਅੱਜ ਫੁੱਲ ਕਹਿੰਦੇ ਟਾਇਰਾਂ ਵੱਲੋਂ ਆਪਾਂ ਇਹਦੀ ਕੋਈ ਕਸਰ ਨਹੀਂ ਛੱਡਣੀ, ਹੁਣ ਰੇਡੀਅਲ ਪਵਾ ਕੇ ਨਾ ਇਹਦੂ ਬਾਅਦ ਟਾਇਰਾਂ ਦਾ ਕੋਈ ਚੱਕਰ ਨਹੀਂ ਰਹਿਣਾ। ਲਓ ਜੀ ਮੇਰੇ ਵੀਰੋ ਬਸ ਆਪਾਂ ਪਹੁੰਚ ਗਏ, 2-3 ਕਿਲੋਮੀਟਰ ਰਹਿ ਗਿਆ ਇੱਥੋਂ, ਅਤੇ ਆਪਾਂ ਇੱਥੋਂ ਉਹ ਸਿੱਧਾ ਜਾਣਾ ਭਸ਼ੀੜ ਨੂੰ, ਅਤੇ ਅੱਗੇ ਦਿਖਾਉਂਦੇ ਆ ਫਿਰ ਤੁਹਾਨੂੰ, ਇੱਥੋਂ ਐਮ ਵਿੱਚ ਨੂੰ ਜਾਣਾ, ਅਹਿਮਦਗੜ੍ਹ ਵੀ ਨੇੜੇ ਹੀ ਆ ਉਰੋਂ ਮੰਡੀ, ਅਤੇ ਬਾਕੀ ਝੋਟੇ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਗੱਡੀਆਂ ਕੋਈ ਆਇਆ ਉੜਦਾ, ਇੱਥੋਂ ਐਂ ਨੂੰ ਜਾਣਾ ਹੁਣ ਆਪਾਂ, ਅਤੇ ਉੱਥੇ ਨੇੜੇ ਪਹੁੰਚ ਕੇ ਮਿਲਦੇ ਹਾਂ ਫਿਰ ਤੁਹਾਨੂੰ, ਚੱਲ ਕੇ ਦਿਖਾਉਂਦੇ ਹਾਂ ਬਾਕੀ ਗੱਲਬਾਤ ਪੂਰੀ, ਐਨ ਸਿਰਾ ਹੋਈ ਪਈਆ। ਬਾਕੀ ਸਵਾਦ ਵਾਲਾ ਆਉਂਦਾ ਇਹ ਤਾਂ ਜਾਣ ਦਾ, ਆਪਣੇ ਵਾਲਾ ਜੌਂਡੀਅਰ ਜਿਵੇਂ ਵਾਟਾਂ ਵੱਢਦਾ ਉਵੇਂ ਇਹ ਵਾਟਾਂ ਵੱਢਦਾ, ਝੋਟੇ ਟਰੈਕਟਰ ਨੇ। ਲਓ ਜੀ ਜਿੱਥੇ ਦੀ ਲੋਕੇਸ਼ਨ ਆਈ ਸੀ ਆਪਾਂ ਤਾਂ ਉੱਥੇ ਹੀ ਖੜ੍ਹੇ ਹਾਂ,
ਇੱਥੇ ਕੋਈ ਦੁਕਾਨ ਦਕੂਨ ਤਾਂ ਦਿੰਦੀ ਨਹੀਂ ਟਾਇਰਾਂ ਵਾਲੀ, ਬਾਕੀ ਆਉਂਦੇ ਆਪਣੇ ਬੰਦੇ। ਇਹਨੂੰ ਹੁਣ ਬੰਦ ਕਰ ਦਿੰਦੇ ਹਾਂ, ਉਰੇ ਖੜਦੇ ਹਾਂ 10 ਮਿੰਟ, ਦੇਖਦੇ ਹਾਂ ਫਿਰ। ਆਓ ਜੀ ਮੇਰੇ ਵੀਰੋ, ਦੁਕਾਨ 'ਤੇ ਪਹੁੰਚ ਗਏ ਸੀ ਆਪਾਂ। ਟਾਇਰ ਹੀ ਟਾਇਰ ਦੇਖੋ, ਟਰੈਕਟਰ ਬਾਹਰ ਖੜਾ, ਉਹ ਵੀ ਦਿਖਾਉਂਦੇ ਹਾਂ। ਆਹ ਵਾਲਾ ਟਾਇਰ ਕਹਿੰਦੇ ਕੀਤਾ ਸਲੈਕਟ, ਦੇਖੋ BKT ਦਾ 16928 420 85R28। ਬਾਕੀ ਕਰਦੇ ਹਾਂ ਸਟਾਰਟ ਪਾਉਣਾ। ਇਹਦਾ ਥੋੜ੍ਹਾ ਗੁੱਡੀ ਦਾ ਫਰਕ ਆ, ਇਹ ਨਵੇਂ ਸ਼ੇਪ 'ਚ ਆਈ ਆ, ਜਿਵੇਂ ਉਹ 'ਚ ਇੱਥੇ ਗੋਲ ਗੋਲ ਨੇ, ਇਹ 'ਚ ਐਂ ਲੈਣਾ ਨੇ 3। ਅਤੇ ਬਾਕੀ ਗੱਲਬਾਤ ਫੁੱਲ ਬਣ ਜਾਣੀ ਟਰੈਕਟਰ ਦੀ ਇਹਨਾਂ ਨਾਲ। ਅਤੇ ਦਿਖਾਉਂਦੇ ਹਾਂ ਫਿਰ ਬਾਹਰ ਖੜਾ ਟਰੈਕਟਰ, ਅਤੇ ਸਟਾਰਟ ਕਰਦੇ ਹਾਂ ਟਾਇਰ ਦੂਜੇ ਪੁਰਾਣੇ ਲਾ ਕੇ, ਆਹ ਵਾਲੇ ਚਾੜਦੇ ਹਾਂ। ਆਓ ਜੀ ਕਹਿੰਦੇ ਸਟਾਰਟ ਤਾਂ, ਹਵਾ ਕੱਢਣ ਲੱਗਿਆ ਹੁਣ ਇਹ ਤੋਂ। ਲਓ ਜੀ ਖੁੱਲ੍ਹ ਗਿਆ ਟਾਇਰ, ਟਿਊਬ ਕੱਢ ਕੇ ਮਾਰੀ ਬਾਹਰ। ਬਾਕੀ ਇਹ ਇੱਥੇ BKT ਦੇ ਟਾਇਰ ਆ, ਦੇਖੋ BKT ਅਤੇ MRF ਦੇ ਸੀ, MRF ਲੈ ਕੇ ਹੁਣ ਪੈ ਜਾਣਾ BKT, ਸਭ ਤੋਂ ਤਕੜੇ ਟਾਇਰ, ਨਾਲੇ ਲੁੱਕ ਪੂਰੀ ਹੁਣ ਸਿਰਾ ਬਣ ਜਾਣੀ ਆ, ਮਗਰੋਂ ਵੀ ਮੂਹਰਿਓ ਵੀ। ਲਓ ਜੀ ਕਹਿੰਦੇ BKT ਲੱਗ ਗਿਆ ਚੜ੍ਹਨਾ, ਦੇਖੋ ਫਰਕ ਬਹੁਤ ਆ ਕਹਿੰਦੇ MRF ਅਤੇ BKT। ਬਾਈ ਯਾਰ ਆਰਾਮ ਨਾ ਮਾਰ, ਪਰੇ ਹੋ ਜਾਓ ਵੀਰੇ। ਲਓ ਜੀ ਫਰਕ ਕਰੋ ਚੈੱਕ ਹੁਣ ਕਹਿੰਦੇ ਰੇਡੀਅਲ ਅਤੇ ਸਿੰਪਲ ਟਾਇਰ ਦਾ। ਲਓ ਜੀ ਹਵਾ ਭਰਨ ਲੱਗ ਗਈ ਕਹਿੰਦੇ ਟਾਇਰ 'ਚ ਹੁਣ। ਹੁਣ ਫੁੱਲ ਚੁੱਕਿਆ, ਫਰਕ ਉਈ ਬਹੁਤ ਪੈ ਗਿਆ, ਬਾਹਰ ਨੂੰ ਦੇ ਕਿੰਨਾ ਆ ਗਿਆ। ਲਓ ਜੀ ਫਰਕ ਕਰੋ ਚੈੱਕ, ਮੈਂ ਕਰ ਲਓ ਜੀ ਕੰਮ ਕੋਈ ਨਹੀਂ। ਅਤੇ ਆਹ ਟਾਇਰ 'ਚ ਪੂਰੀ ਹਵਾ ਓਕੇ ਹੋ ਗਈ ਆ, ਅਤੇ ਆਹ ਵਾਲਾ ਬਾਈ ਖੁੱਲ੍ਹਣ ਲੱਗੇ ਨੇ, ਫੁੱਲ ਘੈਂਟ ਕਰ ਲਾ ਪਾਣੀ। ਚਲੋ ਜੀ ਚਲੋ, ਆਹ ਵੀ ਚੜ੍ਹ ਗਿਆ ਕਹਿੰਦੇ ਹੁਣ। ਲਓ ਜੀ ਟਾਇਰ ਪੈ ਗਏ ਅਤੇ ਆਪਾਂ ਨਿਕਲ ਗਏ, ਮਗਰ ਤੁਸੀਂ ਕਲਿੱਪ ਦੇਖ ਹੀ ਲਈ ਹੋਣੀ ਆ। ਬਾਕੀ ਸਵਾਦ ਆਉਣਾ ਹੁਣ, ਟਾਇਰ ਬਰਾਬਰ ਜਾਂਦਾ ਦੀਂਦਾ ਨਾ, ਪਹਿਲਾਂ ਨਹੀਂ ਦੀਂਦਾ ਸੀਗਾ ਐਂ। ਹੁਣ ਮਾਰਦੇ ਹਾਂ ਸਿੱਧਾ 5ਵਾਂ, ਇਹ ਰੇਲ ਬਣਾ ਦਿੰਦੇ ਆ ਕਹਿੰਦੇ ਝੋਟੇ ਦੀ, ਦੇਖੋ ਬੜਾ ਨਜ਼ਾਰਾ ਆਉਂਦਾ ਮੇਰੇ ਵੀਰੇ। ਜਦੋਂ ਆਹ ਜਿਹਾ ਕੁਛ ਹੁੰਦਾ ਨਾ, ਸਵਾਦ ਆਉਂਦਾ ਨਾ ਜਿਹੜਾ, ਆਹ ਉਹਦੇ ਵੀ BKT ਮਗਰ ਵੀ BKT ਰੇਡੀਅਲ। ਆਹ ਦੇਖੋ ਮੇਰੇ ਵੀਰੇ ਟੋਪ ਗੇਅਰ 'ਚ 5ਵੇਂ ਹਾਈ 'ਚ ਜਾਂਦਾ ਗੇਅਰ, ਆਪਾਂ ਨੂੰ ਲੋਅ ਕਰਨ ਦੀ ਲੋੜ ਹੀ ਨਹੀਂ ਪਈ। ਬਾਕੀ ਹੁਣ ਤਾਂ ਟਾਇਰ ਬਰਾਬਰ ਜਾਂਦਾ ਦਿੰਦਾ, ਦੇਖ ਲਓ ਇੱਥੇ ਬੈਠਿਆਂ ਨੂੰ ਵੀ। ਅਤੇ ਨਾਲ ਹੈੱਡਫੋਨ ਲੈ ਆਉਣੇ ਸੀ ਹੈ ਨਾ ਕੰਨਾਂ 'ਚ ਲਾ ਕੇ, ਕਿਉਂਕਿ ਇਹਦੇ ਤਾਂ ਹੈ ਨਹੀਂ ਕੁਛ, ਕੰਨਾਂ 'ਚ ਹੈੱਡਫੋਨ ਲਾ ਕੇ ਆਰਾਮ ਨਾਲ ਗਾਣੇ ਸੁਣਦੇ ਜਾਂਦੇ। ਅਤੇ ਚਲੋ ਕੋਈ ਨਹੀਂ, ਇੱਥੋਂ ਤਾਂ ਬਾਟ ਹੈ ਨਹੀਂ ਬਾਹਲੀ, ਨੇੜੇ ਹੀ ਆ ਇੱਥੋਂ ਦਾ ਆਪਣਾ ਬੈਡ। ਅਤੇ ਚਲੋ ਫਿਰ ਚੱਲਦੇ ਹਾਂ ਹੁਣ ਹੌਲੀ ਹੌਲੀ, ਨਹੀਂ ਤੇਜ਼ ਤੇਜ਼ ਰੇਲ ਬਣਦਾ ਕਹਿੰਦੇ ਝੋਟਾ। 2500 ਚੱਕਰਾਂ 'ਤੇ ਜਾਂਦਾ ਸਿੰਪਲ ਹੀ, ਬਹੁਤ ਤੇਜ਼ ਜਾਂਦਾ, 50-55 ਪਲੱਸ ਹੀ ਜਾਂਦਾ ਹੋਣਾ ਇਹ। ਬਾਕੀ ਟਾਇਰ ਜਿਹੜੇ ਪੈ ਗਏ ਸਵਾਦ ਹੀ ਆ ਗਿਆ। ਚਲੋ ਫਿਰ ਉਹ ਪਿੰਡ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ। ਲਓ ਜੀ ਕਿਲਾ ਰੈਪੁਰ ਪਹੁੰਚ ਗਏ,
ਆਪਣਾ ਪਿੰਡ ਉਰੋਂ ਜਮਾਂ ਹੀ ਨਾਲ ਦਾ ਹੀ ਪਿੰਡ ਆਪਣਾ, ਮਤਲਬ ਇੱਥੋਂ ਜਮਾਂ ਹੀ ਨੇੜੇ ਆ। ਅਤੇ ਤੇਲ ਚੈੱਕ ਕਰੋ, ਕੱਲ੍ਹ ਮਤਲਬ ਇਹ ਸੰਗਰੂਰ ਤੋਂ ਆ ਗਿਆ ਅਤੇ ਆਪਾਂ ਨੂੰ ਇੱਥੋਂ ਸੰਗਰੂਰ ਪੈ ਜਾਂਦਾ 50 ਕਿਲੋਮੀਟਰ ਪੈ ਜਾਂਦਾ, 50 ਤੋਂ ਵੱਧ ਹੀ ਮਤਲਬ ਜਾਂਦੇ ਹੋਏ ਤਾਂ ਆਪਾਂ ਗੱਡੀ 'ਚ ਹੋਏ ਸੀ, ਮੁੜਦੇ ਹੋਏ 50 ਕਿਲੋਮੀਟਰ ਸੰਗਰੂਰ ਵਾਲੇ, ਅਤੇ 25 ਕਿਲੋਮੀਟਰ ਜਿੱਥੇ ਹੁਣ ਟਾਇਰ ਪਵਾ ਕੇ ਆਏ ਇਹ ਆ, ਮਤਲਬ ਆਪਾਂ ਨੂੰ ਘਰ ਤੱਕ ਪੂਰਾ ਇਹਦਾ 100 ਕਿਲੋਮੀਟਰ ਤੋਂ ਪਲੱਸ ਹੀ ਹੋ ਜਾਣਾ, 100 ਤੋਂ ਪਲੱਸ ਗਿਆ। ਅਤੇ ਇੱਕ ਉੱਥੋਂ ਹੀ ਆਪਾਂ ਤੇਲ ਪਵਾਇਆ ਸੀਗਾ ਜਦੋਂ ਤੁਰੇ ਸੀਗੇ, ਅਤੇ ਹਜੇ ਟੱਕ ਦੇਖੋ ਕਿੱਥੇ ਖੜ੍ਹਾ। ਜੇ ਇਹਦੀ ਤਾਂ ਹੁੰਦਾ 64, ਹੁਣ ਤਾਂ ਟੈਂਕੀ ਨੇੜੇ ਲੱਗ ਜਾਣੀ ਸੀ ਜਮ੍ਹਾਂ ਹੀ, ਫੁੱਲ ਦੇ ਨੇੜੇ ਹੀ ਫਿਰਦਾ ਇਹ ਤਾਂ, ਤੇਲ ਨੂੰ ਤਾਂ ਸੁੰਘਦਾ ਇੱਕ ਤਰ੍ਹਾਂ ਦਾ, ਇਹ ਕੰਮ ਬਾਹਲਾ ਵਧੀਆ ਬਈ। ਟਰੈਕਟਰ ਇਹੋ ਜਿਹਾ ਹੋਵੇ, ਜੋਂਡੀਅਰ ਵਰਗਾ ਟਰੈਕਟਰ ਹੈ ਨਹੀਂ, ਪਰ ਤੇਲ ਤੇਲ ਕਰਕੇ ਕਹਿਣਾ ਮੈਂ ਤਾਂ ਵੀ ਤੇਲ ਵਜੋਂ ਤਾਂ ਬਾਹਲਾ ਵਧੀਆ ਇਹ। ਹੁਣ ਨੂੰ ਤਾਂ ਆਪਣੇ ਵਾਲਾ ਨੇੜੇ ਲੱਗ ਜਾਣਾ ਸੀਗਾ, ਉਹਦਾ ਟਰਬੋ ਲੱਗੀ ਕਰਕੇ ਤੇਲ ਘੱਟ ਖਾਂਦਾ, ਜਿਹੜਾ ਸਿੰਪਲ ਟਰੈਕਟਰ ਹੁੰਦਾ ਉਹ ਤਾਂ ਹੁਣ ਨੂੰ ਮੁੱਕ ਜਾਣਾ ਸੀ ਤੇਲ ਉਹਦਾ ਤਾਂ। ਅਤੇ ਬਾਕੀ ਕਿਉਂਕਿ ਜੋਂਡੀਅਰ ਖੱਤੇ 'ਚ ਵੀ ਉਨਾ ਹੀ ਤੇਲ ਖਾਂਦੇ ਆ, ਸੜਕ 'ਤੇ ਵੀ ਉਨਾ ਹੀ ਤੇਲ ਖਾਂਦੇ ਆ, ਉਹਨਾਂ ਦੀ ਇਹ ਸਭ ਤੋਂ ਮਾੜੀ ਗੱਲ ਆ। ਇਹ ਜੇ ਹੁਣ ਸੜਕ 'ਤੇ ਜਾਈ ਜਾਂਦਾ ਤੇਲ ਨੂੰ ਸੁੰਘਦਾ, ਜਿੱਥੇ ਜ਼ੋਰ ਲੱਗਣਾ ਇਹਨੂੰ ਉੱਥੇ ਤੇਲ ਪੀਣਾ, ਐਂ ਸੜਕ 'ਤੇ ਜਾਂਦੇ ਨੇ ਤੇਲ ਨਹੀਂ ਪੀਣਾ। ਬਾਕੀ ਚਲੋ ਫਿਰ ਹੁਣ ਘਰੇ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ। ਲਓ ਜੀ ਵਾਪਸ ਪਹੁੰਚ ਗਏ ਘਰੇ, ਹੁਣ ਲੁੱਕ ਚੈੱਕ ਕਰੋ ਕਹਿੰਦੇ, ਗੱਲ ਫੁੱਲ ਬਣ ਗਈ ਆ ਕਹਿੰਦੇ, ਸਿਰਾ ਲੱਗਦਾ ਹਾਰ ਆਪਾਂ ਲਾਤਾ ਸੀਗਾ ਕਿਉਂਕਿ ਉਹ ਇੱਥੋਂ ਆਹ ਲੱਗੀ ਹੋਈ ਸੀ ਜਿਹੜੀ ਐਂ ਰੀਬਨ ਜਿਹਾ, ਉਹ ਫਿਰ ਝਰੀਟਾਂ ਝਰੂਟਾਂ ਨਾਲ ਪਾ ਦੇਵੇ, ਬਸ ਇੰਨਾ ਕੁ ਹੁੰਦਾ। ਹੁਣ ਖੜ੍ਹਾ ਤੇ ਇਕੱਠੇ ਟਾਇਰ ਘੈਂਟ ਲਾ ਦਿਆ ਇਹਦੇ ਵੀ, ਬਸ ਹੁਣ ਕੋਈ ਬੰਦਾ ਆਪਾਂ ਨੂੰ ਕਰ ਦੇਵੇ ਸਪੋਂਸਰ, ਇਹਦੇ ਟਾਇਰ ਵੀ ਕਰ ਦਈਏ ਫਿਰ ਚੇਂਜ, ਹੈ ਜੇ ਕੋਈ ਚਾਹਵਾਨ ਸਾਨੂੰ ਸਪੋਂਸਰ ਕਰ ਦੇਣ, ਇਹਦੇ ਟਾਇਰ ਵੀ ਚੇਂਜ ਕਰਵਾ ਦਿਓ, ਇਹਦੇ ਵੀ ਰੇਡੀਅਰ ਪਵਾ ਦੇਣੇ ਉਹੋ ਜੀ। ਦੇਖੋ ਗੱਲਬਾਤ, ਬੀ ਕੇ ਟੀ ਦਾ ਟਾਇਰ ਆ, ਸਾਰੀ ਉਮਰ ਨਹੀਂ ਘਸਣੇ, ਬੀ ਕੇ ਟੀ ਦੇ ਰੇਡੀਅਲ ਜਿਹੜੇ ਹੁੰਦੇ ਆ ਨਾ ਬਾਹਲੀ ਜ਼ਿਆਦਾ ਇਹਨਾਂ ਦੀ ਲਾਈਫ ਹੁੰਦੀ ਆ, ਮੂਹਰੇ ਵੀ ਬੀ ਕੇ ਟੀ ਮਗਰ ਵੀ ਬੀ ਕੇ ਟੀ, ਆਹ ਵੀ ਹੈ ਤਾਂ ਬੀ ਕੇ ਟੀ ਦੇ ਹੀ ਨੇ, ਤਾਂ ਹੀ ਤਾਂ ਇਹ ਘੱਟਦੇ ਨਹੀਂ ਹੈ ਕਿ ਟਾਇਰ ਵਧੀਆ ਨੇ ਬੀ ਕੇ ਟੀ ਦੇ। ਹੁਣ ਨਵੇਂ ਇਹਦੇ ਵੀ ਆਪਾਂ ਰੇਡੀਅਲ ਛੇਤੀ ਪਵਾ ਦੇਣੇ, ਸੂਨ ਸੂਨ ਉੱਧਰ ਪੈ ਗਏ। ਅਤੇ ਚਲੋ ਫਿਰ ਹੁਣ ਅੰਦਰ ਚੱਲਦੇ ਹਾਂ, ਬਾਅਦ 'ਚੋਂ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ। ਲਓ ਜੀ, ਕਹਿੰਦੇ ਆਪਾਂ ਉੱਥੋਂ ਹਾਈਟੈਕ ਕੋਲ ਆ ਗਏ ਸੀ, ਬੰਦਾ ਨਵੀਂ ਨਵੀਂ ਚੀਜ਼ ਲਿਆਉਂਦਾ ਕਹਿੰਦੇ ਮੁੰਡਾ, ਦੇਖੋ ਪਹਿਲਾਂ ਤਾਂ ਕੋਇਲ ਵਾਈ ਚੈੱਕ ਕਰਾ ਜੀ, ਕੋਇਲ ਮੇਰੇ ਵੀਰੋ ਦੇਖੋ ਪਲੇਟ ਜਿੱਡੀ ਕੋਇਲ ਆ, ਮਤ ਅੰਦਰ ਦੀ ਭਾਰਾ ਬਾਹਲਾ ਭਾਰਾ, ਕਿੰਨੇ ਕਿਲੋ ਦਾ ਹੋਊ? 20-25 ਦਾ ਕਿਲੋ ਦਾ ਹੋਣਾ, ਬਾਹਲਾ ਭਾਰਾ। ਇਹ ਹੈਗਾ 1200 RMS CA ਬੂਫਰ, ਇੱਕ ਸੈੱਟ ਬਣਨਾ ਇਹਦਾ, ਜਿੰਨੇ ਆਪਣੇ 4 ਵੱਜਦੇ ਉਹਨਾਂ ਦੇ ਬਰਾਬਰ ਇਹ 2 ਵੱਜਣਗੇ, ਕਿਉਂ ਬਾਈ? 2 ਲਿਆਂਦਾ, 2 ਵਾਲਾ ਸਿਸਟਮ ਇਹਦਾ ਇਹੋ ਬਣਨਾ ਸੈੱਟ, ਉਹ ਤੁਹਾਨੂੰ ਦਿਖਾਵਾਂਗੇ ਜਦੋਂ ਲੈਂਦੇ ਹੋ। 190 ਬੈਟਰੀ ਕਿੰਨੀ ਮੰਗੂ? ਇਹਦਾ ਬੈਟਰੀ ਖਾਓ ਟਰੈਕਟਰ ਦੀ, ਬਾਹਲਾ ਭਾਰਾ ਬਾਹਲਾ ਬੰਦੇ ਦਾ ਔਖਾ। ਆਹ ਦੇਖੋ, ਆਹ ਵੀ ਜਗਾਂਡਾ ਜਿਹਾ ਹਨਾ, ਪੂਰਾ ਕੈੜਾ ਬਣਾਇਆ, ਡਰਾਈਵਰ ਵਰ ਗਿਆ ਸਿਰ ਚਿੱਟਾ, ਸਹੀ ਗੱਲ ਆ, ਡਿੱਗ ਗਿਆ ਉੱਤੇ, ਨਹੀਂ ਨਹੀਂ ਬਾਹਲਾ ਭਾਰ ਆ। ਇਹ 2 ਲਿਆਂਦੇ ਆ, ਜਿੱਦੇ ਹੁਣ ਇਹ ਸਿਸਟਮ ਤਿਆਰ ਹੋਇਆ ਜ਼ਰੂਰ ਸੁਣਨਾ ਆਵਾਂਗੇ, ਨਾਲੇ ਬਰੋਲ ਬਣਾਵਾਂ ਕਿਉਂ। ਅਤੇ ਇੱਕ ਆਹ ਇੱਕ ਮਤਲਬ 2 ਵਾਲਾ ਹੋਣਾ, ਇੱਕ ਉਹ ਪਿਆ, ਸਹੀ ਗੱਲ ਆ। ਆਹ ਲਾ ਦੇਣਾ ਫਿਰ ਇਹਦੀ ਥਾਂ 'ਤੇ ਨਾ, ਜਮਾਂ ਹੀ ਨਵਾਂ, ਇਹ ਨਹੀਂ ਲਾਉਣਾ, ਹਾਂ ਚੱਕੋ ਜੀ। ਹੁਣ ਫਰਕ ਚੈੱਕ ਕਰੋ ਮੇਰੇ ਵੀਰੋ, ਆਹ ਹੈਗਾ 500, ਆਹ ਹੈਗਾ 1200,
ਇਹਦੇ ਨਾਲ ਕੇ ਦੋ ਬਣ ਜਾਣਗੇ ਇਹ ਚੋਂ ਤੇ ਮੈਗਨੇਟ ਚੈੱਕ ਕਰੋ ਬਾਕੀ ਕਰੋਮ ਵਾਂਗੂ ਜਾਂ ਕਿਹਦਾ ਕਹਿੰਦੇ ਕਰੋਮ ਟੱਚ ਦਿੱਤਾ ਹੋਇਆ ਮੁੰਡੇ ਨੇ ਕਿੱਦਣ ਥਾਈ ਫਿਰ ਤਿਆਰ ਕਰਦਾ ਬਾਈ ਹਫ਼ਤੇ ਤੱਕ ਕਹਿੰਦੇ ਤਿਆਰ ਹੋ ਜਾਓ ਸਿਸਟਮ ਫਰਕ ਹੀ ਦੇਖ ਲਓ ਤੁਸੀਂ ਆਹ ਜਿਹੜਾ ਆਹ ਇਹਦਾ ਅਤੇ ਇਹਦਾ ਫਰਕ ਦੇਖ ਲਓ ਪਰ ਚਾਹੇ ਛੋਟੇ ਹੋਣ ਵੱਡੇ ਹੋਣ ਸੀ ਏ ਚੀਜ਼ ਸੀ ਆ ਕਿਉਂ ਬਾਈ ਹੈਂ ਉਹ ਉਹ ਬਾਈ ਨੂੰ ਵੱਧ ਪਤਾ ਨਾਲੇ ਬੇਸਾਂ ਬਾਰੇ ਉਹ ਆਪ ਕਹਿੰਦਾ ਕਹਿੰਦਾ ਸਭ ਤੋਂ ਸਿਰਾ ਅਤੇ ਹੁਣ ਜਿਹੜਾ ਨਵਾਂ ਆਉਣਾ ਸੱਪ ਉਹ ਵੀ ਟੈਸਟ ਕਰਾਂਗੇ ਆਪਾਂ ਕਿਉਂ ਬਾਈ ਤੁਹਾਨੂੰ ਬਾਅਦ ਨਾਲ ਬਣੇ ਰਹੋ ਤੁਸੀਂ ਅਤੇ ਇਹਦੇ ਹਾਈਟੈਕ ਦੇ ਵੀ ਆਪਣਾ ਚੈਨਲ ਕਰ ਦਿਓ ਜਾ ਕੇ ਸਬਸਕ੍ਰਾਈਬ ਕੀ ਆ ਚੈਨਲ ਆਪਣਾ ਹਾਈਟੈਕ ਮਿਊਜ਼ਿਕ ਸੈਂਟਰ ਉਹਦੇ ਵੀ ਵਲੋਗ ਵਲੂਗ ਆਉਂਦੇ ਆ ਨਿੰਦੀ ਹੁਣੀ ਨਾਲ ਹੁੰਦੇ ਆ ਲਗਾਹ ਪੈਂਦਾ ਹੈ ਉਹਦੇ ਵੀ ਬਾਕੀ ਹੁਣ ਆਹ ਦੇਖੋ ਇੱਕ ਸਿਸਟਮ ਇੱਧਰ ਲੱਗ ਗਿਆ ਚੱਲੀ ਜਾਂਦਾ ਕੰਮ ਵਧੀਆ ਅਤੇ ਹੁਣ ਤੁਸੀਂ ਸੋਚਦੇ ਹੋਗੇ ਅਸੀਂ ਇੱਥੇ ਕਿਵੇਂ ਆ ਗਏ ਟਰੈਕਟਰ ਕੋਲੋਂ ਆਪਣਾ ਵੀ ਕੋਈ ਨਵਾਂ ਪ੍ਰੋਜੈਕਟ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕੀ ਪਤਾ ਕਿਹੜਾ ਪ੍ਰੋਜੈਕਟ ਹੋ ਜਾਵੇ ਕੀ ਪਤਾ ਕਿਉਂ ਰਾਜਨ ਚਲੋ ਜੀ ਆਪਾਂ ਅੱਜ ਦਾ ਵਲੋਗ ਰੀਐਂਡ ਕਰਦੇ ਹਾਂ ਅਤੇ ਸਭ ਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।